ਪੰਜਾਬ ਵਿੱਚ ਵੱਧ ਰਹੇ ਬਿਜਲੀ ਦੇ ਰੇਟ ਇੱਕ ਵਾਰ ਫਿਰ ਚਰਚਾ ਦਾ ਵਿਸ਼ਾ ਬਣੇ ਹਨ, ਜਿਸ ਨੂੰ ਲੈ ਕੇ ਰਾਜਨੀਤੀ ਕਾਫੀ ਹੋ ਰਹੀ ਹੈ। ਅੱਜ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਨੂੰ ਚੁਣੌਤੀ ਦਿੱਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਬਿਜਲੀ ਦੇ ਬਿੱਲ ਨੂੰ ਲੈ ਕੇ ਜਨਤਾ ਕਾਫੀ ਪਰੇਸ਼ਾਨ ਹੈ। ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ 1400 ਕਰੋੜ ਨਿੱਜੀ ਕੰਪਨੀਆਂ ਨੂੰ ਦਿੱਤਾ ਜਾ ਰਿਹਾ ਹੈ। ਪੰਜਾਬ ਸਰਕਾਰ ਨੇ ਹਜ਼ਾਰਾਂ ਕਰੋੜਾਂ ਰੁਪਏ ਦਾ ਬੋਝ ਬਿਜਲੀ ਦੇ ਰੂਪ ਵਿੱਚ, ਬਿਜਲੀ ਦੇ ਬਿੱਲਾਂ ਦੇ ਰੂਪ ਵਿੱਚ ਆਮ ਜਨਤਾ 'ਤੇ ਪਾ ਦਿੱਤਾ ਹੈ। ਇਹਨਾਂ ਦੀ ਇਨਕੋਂਪੀਟੈਂਸੀ ਜਾਣ ਕੇ, ਇਨਕੋਂਪੀਟੈਂਸੀ ਐਂਡ ਸਕੈਮ, ਹਜ਼ਾਰਾਂ ਕਰੋੜਾਂ ਦੇ ਸਕੈਮ ਕਰਕੇ। ਦੋ ਵੱਡੇ ਇਗਜ਼ਾਮਪਲ ਮੈਂ ਤੁਹਾਨੂੰ ਸਾਹਮਣੇ ਹੀ ਦੇਖਦਾ। ਇੱਕ ਤਾਂ ਤੁਹਾਡੇ ਅੱਜ ਹੀ ਅਖਬਾਰ 'ਚ ਤੁਸੀਂ ਦੇਖਿਆ ਹੋਣਾ ਹੈ, ਜਿਹੜਾ ਅੱਜ ਹਾਈਕੋਰਟ ਅੱਜ ਇੱਕ ਪਿਆ ਜੀ, ਐਮਟਾ ਅਤੇ ਪੈਨਮ ਵਿੱਚ ਜਿਹੜਾ ਕੋਲ ਮਾਈਨ ਦਾ ਹੈ, ਜਿੱਥੇ ਜਾਣ ਕੇ 2.5 ਸਾਲ ਆ ਸਾਰੀ ਮੈਚ ਫਿਕਸਿੰਗ ਜਿਹੜੇ ਪੰਜਾਬ ਦੀ ਸਰਕਾਰ ਹੈ ਪ੍ਰਾਈਵੇਟ ਪਲੇਅਰ ਨਾਲ ਮੈਚ ਫਿਕਸਿੰਗ ਕਰੀ ਬੈਠੀ ਹੈ। ਮਨੀ ਟ੍ਰਾਂਜੈਕਸ਼ਨ ਹੋ ਜਾਂਦੀ ਹੈ, ਮੈਚ ਫਿਕਸ ਹੋ ਜਾਂਦਾ, ਉਹਦੇ ਬਾਅਦ ਬੈਨੀਫਿਟ ਪ੍ਰਾਈਵੇਟ ਨੂੰ ਦਿੱਤਾ ਜਾਂਦਾ। ਬੈਨੀਫਿਟ ਵੀ ਐਂ ਨਹੀਂ ਕਿ 50-100 ਕਰੋੜ ਰੁਪਇਆ, 1500-1500 ਕਰੋੜ ਦਾ, 2000 ਕਰੋੜ ਦਾ ਬੈਨੀਫਿਟ ਇਹਨਾਂ ਕੰਪਨੀਆਂ ਨੂੰ ਦਿੱਤਾ ਜਾਂਦਾ ਐਂਡ ਸਾਰਾ ਬੋਝ ਬੈਨੀਫਿਟ ਇੱਕ ਦੋ ਬੰਦੇ ਨੂੰ ਦਿੱਤਾ ਜਾਂਦਾ, ਕੰਪਨੀਆਂ ਨੂੰ ਸਾਰਾ ਹੀ ਬੋਝ ਜਨਤਾ 'ਤੇ ਪਾ ਦਿੱਤਾ ਜਾਂਦਾ ਇਨ ਟਰਮਸ ਆਫ ਇਨਕਰੀਜ਼ ਇਨ ਰੇਟਸ। ਹੁਣ ਦੇਖੋ ਇੱਕ ਆ ਜਿਹੜਾ ਅੱਜ ਅਖਬਾਰ 'ਚ ਆਇਆ, ਕੋਲ ਮਾਈਨ ਦਾ, ਜਿੱਥੇ ਕੋਲ ਮਾਈਨ ਕੈਂਸਲ ਕੀਤੀ ਗਈ ਸੀ ਅਤੇ ਜੱਜ ਸਾਹਿਬ ਦੇ ਆਪਣੇ ਵਰਡਿੰਗ ਹੈ ਜਿਹੜੇ ਹਾਈਕੋਰਟ ਸਾਹਿਬ ਦੇ ਆਨਰੇਬਲ ਜੱਜ ਸਾਹਿਬ ਦੇ, ਦ ਪਟੀਸ਼ਨ ਇਜ਼ ਦਸ ਹਾਈਲੀ ਬਿਲੇਟਡ ਐਂਡ ਲਾਇਬਲ ਟੂ ਬੀ ਡਿਸਮਿਸਡ ਔਨ ਦਿਸ ਗਰਾਊਂਡ ਅਲੋਨ, ਸਪੈਸ਼ਲੀ ਵੈਨ ਫੋਰ ਦ ਡਿਲੇ ਔਨ ਦ ਪਟੀਸ਼ਨਰਸ ਪਾਰਟ ਨੋ ਐਕਸਪਲੇਨੇਸ਼ਨ ਵਟਸੋਐਵਰ ਇਜ਼ ਆਈਦਰ ਵੋਥ ਕਮਿੰਗ ਫਰੋਮ ਦ ਰਿਕਾਰਡ ਔਰ ਆਰਗਿਊਡ ਐਟ ਦ ਬਾਰ। ਮੇਰਾ ਮਤਲਬ ਹੈ 2.5 ਸਾਲ ਤੁਸੀਂ ਜਾਣ ਕੇ ਡਿਲੇ ਕਰੋ, ਤੁਸੀਂ ਕੇਸ ਨਾ ਕਰੋ, ਆ ਸਾਰਾ ਮੈਚ ਫਿਕਸਿੰਗ ਹੈ ਕਿ ਹੁਣ ਡਿਸਮਿਸ ਹੋ ਜੂਗੀ ਪਟੀਸ਼ਨ, ਉਹਦੇ ਬਾਅਦ ਅਵਾਰਡ ਆ ਜੂਗਾ ਆਪਣੇ ਆਰਬਿਟ੍ਰੇਸ਼ਨ ਦਾ, 1500 ਕਰੋੜ ਦਿਓ ਅਤੇ ਅਸੀਂ ਦੇ ਦਾਂਗੇ ਐਂਡ ਕਰੋੜਾਂ ਰੁਪਏ ਦੀ ਹੈਂਡ ਟ੍ਰਾਂਜੈਕਸ਼ਨ ਇਜ਼ ਟੇਕਨ ਪਲੇਸ। ਸੇਮ ਇਜ਼ ਦਾ ਕੇਸ ਜਿਹੜਾ ਇਹਨਾਂ ਨੇ ਬਿਜਲੀ ਬੋਰਡ ਨੇ, ਇਹਨੇ ਇੱਕ ਆਹ ਕੇਸ ਹੈ। ਦੂਜਾ ਮੈਂ ਤੁਹਾਨੂੰ ਦੱਸਦਾ ਜਿਹੜਾ ਕੋਲ ਵਾਸ਼ਿੰਗ ਦਾ, ਜਿਹੜਾ ਤਕਰੀਬਨ 1400-1400 ਕਰੋੜ ਦਾ ਆ ਜਿਹੜਾ ਇਹਨਾਂ ਨੇ ਪ੍ਰਾਈਵੇਟ ਕੰਪਨੀ ਨੂੰ ਦੇ ਰਹੇ ਆ 1400 ਕਰੋੜ, ਜਿਹਦੇ ਕਰਕੇ ਇਹਨਾਂ ਨੇ 20 ਪੈਸੇ ਜਾਂ 25 ਪੈਸੇ ਰੇਟ ਵਧਾਇਆ। 1400 ਕਰੋੜ ਤਾਂ ਦੇ ਰਹੇ ਆ, ਉਹਦੇ 'ਤੇ 1300 ਕਰੋੜ ਹੋਰ ਦਾ ਉਹਦੇ 'ਤੇ ਉਹਨਾਂ ਨੇ ਕਲੇਮਡ ਮੋਰ। ਆਹ ਵੀ ਸਾਰਾ ਮੈਚ ਫਿਕਸਿੰਗ ਹੈ, ਦਿਸ ਇਜ਼ ਕੋਲ ਵਾਸ਼ਿੰਗ। ਫਸਟ ਵਾਜ ਆਫ ਕੋਲ ਮਾਈਨ, ਜਿਹੜੀ ਐਮਟਾ ਆਪਣੀ ਪੰਜਾਬ ਗਵਰਨਮੈਂਟ ਦੀ ਮਾਈਨ ਹੈ, ਉਹਦੇ 'ਤੇ ਉਹਨਾਂ ਜਾਣ ਕੇ ਡਿਲੇ ਕੀਤਾ, ਸੋ ਦੈਟ ਦੈਟ ਆਰਬਿਟ੍ਰੇਸ਼ਨ ਫੈਸਲਾ ਗੋਜ਼ ਇਨ ਯੋਰ ਹੱਕ। ਹੁਣ ਦੂਜੀ ਗੱਲ ਆ ਕੋਲ ਵਾਸ਼ਿੰਗ ਹੈ, ਕੋਲ ਵਾਸ਼ਿੰਗ ਦਾ 1400-1420 ਕਰੋੜ ਅਪਰੋਕਸੀਮੇਟਲੀ 30 ਕਰੋੜ ਜਿਹੜਾ ਇਹਨਾਂ ਦੇ ਰਿਹਾ ਹੈ ਬਿਕੋਜ ਆਫ ਦੇਅਰ ਮੈਚ ਫਿਕਸਿੰਗ ਐਂਡ 1300 ਦੇਣ ਨੂੰ ਤਿਆਰ ਹੈ, ਉਹ ਰਿਵਿਊ ਹੋ ਰਿਹਾ। ਆ ਕਿਉਂ ਹੋ ਰਿਹਾ ਦੇਖੋ, ਆ ਕਹਿ ਰਹੇ ਹੈ ਕਿ ਜੀ ਆ ਤਾਂ ਆ ਕੇਸ ਹੋ ਗਿਆ, ਇਸ ਕੇਸ ਤੋਂ ਹੋ ਗਿਆ, ਆ ਸ਼ੋ ਕਰਦੇ ਆ ਕੇਸ ਸਾਡਾ, ਸਾਡੇ ਤੋਂ ਹੋਇਆ ਸੀ ਕੇਸ ਹਾਰ ਗਏ। ਤੁਸੀਂ ਦੇਖੋ ਆ ਜਿਹੜੇ, ਪਹਿਲੀ ਗੱਲ ਮੈਂ ਤੁਹਾਨੂੰ ਕਲੀਅਰ ਕਰਨਾ ਚਾਹੁੰਦਾ, ਜਿੰਨੇ PPAs ਹੋਏ ਆ, ਦੀਸ PPAs ਵਰ ਡਨ ਔਨ ਦਾ ਬੇਸਿਸ ਆਫ ਗਵਰਨਮੈਂਟ ਆਫ ਇੰਡੀਆ ਸਟੈਂਡਰਡ PPA ਡਾਕੂਮੈਂਟ। ਆ ਜਿਹੜਾ ਡਾਕੂਮੈਂਟ ਬਣਾਇਆ ਗਿਆ ਸੀ, ਸਰ ਮਨਮੋਹਨ ਸਿੰਘ ਉਦੋਂ ਪ੍ਰਾਈਮ ਮਿਨਿਸਟਰ ਸੀ, ਸਰ ਮਨਮੋਹਨ ਸਿੰਘ ਪ੍ਰਾਈਮ ਮਿਨਿਸਟਰ ਦੇ ਟਾਈਮ 'ਚ ਉਹਨਾਂ ਨੇ ਇੱਕ ਸਟੈਂਡਰਡ ਕੰਟਰੀ ਦਾ ਪ੍ਰਾਈਵੇਟ ਸੈਕਟਰ ਜੋ PPAs ਦਾ ਡਾਕੂਮੈਂਟ ਬਣਾਇਆ। ਦੈਟ ਸਟੈਂਡਰਡ ਡਾਕੂਮੈਂਟ ਵਾਜ ਫੋਲੋਡ ਨੋਟ ਓਨਲੀ ਬਾਈ ਅਸ, ਦੇ ਵਰ ਐਟ ਦੈਟ ਟਾਈਮ 6 ਮੋਰ ਸਟੇਟਸ ਜਿਹੜੇ ਉਹਨਾਂ ਨੇ ਉਹ ਫੋਲੋ ਕੀਤਾ।